ਫਾਜ਼ਿਲਕਾ ਦੇ ਆਜ਼ਾਦ ਹਿੰਦ ਪੈਂਡਰਰ ਕਲੱਬ ਨੇ BSF ਦੀ 52 ਬਟਾਲੀਅਨ ਦੇ ਕਮਾਂਡੈਂਟ ਖਨਿੰਦਰ ਚੌਧਰੀ ਦਾ ਕੀਤਾ ਸਨਮਾਨ। ਫਾਜ਼ਿਲਕਾ ਦੇ ਆਜ਼ਾਦ ਹਿੰਦ ਪੈਂਡਰਰ ਕਲੱਬ ਵੱਲੋਂ BSF ਦੀ 52 ਬਟਾਲੀਅਨ ਦੇ ਕਮਾਂਡੈਂਟ ਖਨਿੰਦਰ ਚੌਧਰੀ ਦਾ ਸਨਮਾਨ ਕੀਤਾ ਗਿਆ। ਖਨਿੰਦਰ ਚੌਧਰੀ ਦਾ ਅੱਜ ਇੱਥੋਂ ਤਬਾਦਲਾ ਹੋ ਗਿਆ ਅਤੇ ਉਹਨਾਂ ਨੂੰ ਜੰਮੂ ਭੇਜ ਦਿੱਤਾ ਗਿਆ, ਜਿਸ ਦੇ ਚਲਦੇ ਅੱਜ ਪੈਂਡਰਰ ਕਲੱਬ ਦੇ ਮੈਂਬਰਾਂ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਮਾਂਡੈਂਟ ਖਨਿੰਦਰ ਚੌਧਰੀ ਨੇ ਕਲੱਬ ਦੇ ਮੈਂਬਰ ਅਮਨ ਡੋਡਾ ਨੂੰ ਵਿਕਲਾਂਗ ਹੋਣ ਦੇ ਚਲਦਿਆਂ ਇੱਕ ਸਾਈਕਲ ਆਪਣੇ ਵੱਲੋਂ ਗਿਫਟ ਦੇ ਰੂਪ ਦੇ ਵਿੱਚ ਭੇਟ ਕੀਤੀ, ਜਿਸ ਦੇ ਚਲਦਿਆਂ ਕਲੱਬ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ।